ਅੰਮ੍ਰਿਤਸਰ ਸਾਹਿਬ ਲਾਗਲੇ ਪਿੰਡ ਚਿਤ ਸਿੰਘ ਵਾਲਾ ਦੇ ਅਕਾਲੀ ਸਰਪੰਚ ਗੁਰਪਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਸਿਆਸਤ ਤੇਜ਼ ਹੁੰਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਮ੍ਰਿਤਕ ਅਕਾਲੀ ਸਰਪੰਚ ਦੇ ਪਰਿਵਾਰ ਨੂੰ ਮਿਲਣ ਲਈ ਪਹੁੰਚੇ। ਉਹਨਾਂ ਇਸ ਮੌਕੇ ਪੰਜਾਬ ਸਰਕਾਰ ਪਾਸੋਂ ਸਰਪੰਚ ਕਤਲਕਾਂਡ ਦੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ। ਖਹਿਰਾ ਨੇ ਇਹ ਵੀ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਵੀ ਮਿਲਣੀ ਚਾਹੀਦੀ ਹੈ। ਆਪ ਨੇਤਾ ਨੇ ਕਾਂਗਰਸ ਤੇ ਸ਼ਬਦੀ ਹਮਲੇ ਕੀਤੇ ਅਤੇ ਕਿਹਾ ਕਿ ਚੋਣਾਂ ਉਪਰੰਤ ਸਿਆਸੀ ਬਦਲਾਖੋਰੀ ਪੰਜਾਬ ਦਾ ਸੱਭਿਆਚਾਰ ਨਹੀਂ ਹੈ, ਇਸ ਲਈ ਅਜਿਹੇ ਰੁਝਾਨ ਤੋਂ ਬਚਣਾ ਚਾਹੀਦਾ ਹੈ। ਅੱਜ ਵੀ ਮੈਂ ਦੇਖਿਆ ਪਰਿਵਾਰ ਨੂੰ ਤੇ ਇਲਾਕੇ ਦੇ ਵਿੱਚ ਲੋਕਾਂ ਨੂੰ ਖਦਸ਼ਾ ਵਾ ਕਿ ਸ਼ਾਇਦ ਇਹ ਤਾਕਤਵਰ ਕਾਂਗਰਸ ਦੇ ਜਿਹੜੇ ਲੋਕ ਨੇ ਇਹ ਇਨਕੁਆਇਰੀ ਲਾ ਕੇ ਕਿਸੇ ਢੰਗ ਦੇ ਨਾਲ ਆਪਣੇ ਬੰਦਿਆਂ ਨੂੰ ਮੁਜਰਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ। ਅਗਰ ਇਸ ਤਰ੍ਹਾਂ ਦੀ ਕੋਈ ਹਰਕਤ ਹੋਈ ਤਾਂ ਮੈਂ ਇਹਨਾਂ ਨੂੰ ਵਿਸ਼ਵਾਸ ਦਵਾ ਕੇ ਚੱਲਿਆ ਕਿ ਅਸੀਂ ਸਾਰੇ ਜਿੱਥੇ ਤੁਸੀਂ ਕਹੋਗੇ ਧਰਨਾ ਮੁਜ਼ਾਹਰਾ ਕਰਾਓ, ਜਿਸ ਦਾ ਵੀ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਹਾਂ, ਕਿਉਂਕਿ ਪੰਜਾਬ 'ਚ ਲੋਕਾਂ ਨੂੰ ਇਸ ਤਰ੍ਹਾਂ ਦੀ ਉਮੀਦ ਨਹੀਂ ਗੀ। ਠੀਕ ਹੈ ਚੋਣਾਂ ਹੁੰਦੀਆਂ ਨੇ, ਚੋਣਾਂ ਤੋਂ ਬਾਅਦ ਇਸ ਤਰ੍ਹਾਂ ਦੀ ਬਦਲਾਖੋਰੀ 'ਤੇ ਉਤਰਨਾ ਅਤੇ ਲੋਕਾਂ ਦੀਆਂ ਜਾਨੋਂ ਮਾਰ ਦੇਣਾ ਇਹ ਪੰਜਾਬ ਦੀ ਰਵਾਇਤ ਨਹੀਂ, ਨਾ ਪੰਜਾਬ ਦਾ ਇਹ ਕਲਚਰ ਹੈ ਅਤੇ ਨਾ ਪੰਜਾਬ ਦਾ ਇਹ ਸਾਡਾ ਇਤਿਹਾਸ ਆ। ਇਸ ਲਈ ਫਿਰ ਦੁਬਾਰਾ ਮੈਂ ਮੰਗ ਕਰਦਾ ਕੈਪਟਨ ਅਮਰਿੰਦਰ ਸਿੰਘ ਤੋਂ ਡਾਇਰੈਕਟਲੀ ਕਿ ਉਹ ਇਸ ਕੇਸ ਵਿੱਚ ਪਰਸਨਲੀ ਮੁਦਾਖਲਤ ਕਰਨ ਔਰ ਜਿਹੜੇ ਰਿਮੇਨਿੰਗ ਕਲਪ੍ਰਿਟਸ ਨੇ ਉਹਨਾਂ ਨੂੰ ਤੁਰੰਤ ਬਿਨਾਂ ਕਿਸੇ ਦੇਰੀ ਤੋਂ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਇਸ ਪਰਿਵਾਰ ਨੂੰ ਢਾਰਸ ਮਿਲ ਸਕੇ।